ਦੇਖੋ ਐਜ਼ ਆਫ ਨਾਓ ਹੁਣ ਤੱਕ ਦੀ ਮੂਲੀ ਤਫਤੀਸ਼ ਤੇ ਇਹੀ ਚਾਰ ਦੋਸ਼ੀ ਸੀਗੇ ਜੀ ਹੋਰ ਉੱਥੇ ਲੜਨ ਵਾਲੇ ਬਹੁਤ ਲੋਕ ਸੀਗੇ 8-10 ਜਾਣੇ ਦੋਨੇ ਸਾਈਡਾਂ ਤੋਂ ਸੀਗੇ ਪਰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਬੇਸਿਕਲੀ ਇਹ ਚਾਰ ਲੋਕ ਹੀ ਸੀਗੇ ਐਂਡ ਮੈਂ ਬਿਲਕੁਲ ਇਹ ਇਨਸ਼ੋਰ ਕਰਦਾ ਹਾਂ ਕਿ ਜਿਹੜਾ ਕੋਈ ਮੁੰਡਾ ਉੱਥੋਂ ਨੋਰਮਲ ਰੂਟੀਨ 'ਚ ਲੰਘ ਰਿਹਾ ਸੀ ਅਸੀਂ ਬਿਲਕੁਲ ਇਸ ਚੀਜ਼ 'ਚ ਨਹੀਂ ਪੈਣਾ ਕਿ ਇਹਦਾ ਵੀ ਨਾਂ ਪਾਓ ਜੀ ਜਿਹੜੇ ਐਕਚੁਅਲੀ ਉਸ ਮੌਕੇ 'ਤੇ ਉਸ ਵਾਰਦਾਤ 'ਚ ਇਨਵੋਲਵ ਸੀਗੇ ਸਿਰਫ ਉਹਨਾਂ ਬੰਦਿਆਂ ਦਾ ਹੀ ਅਸੀਂ ਇਹਦੇ 'ਚ ਇਨਵੈਸਟੀਗੇਸ਼ਨ ਕਰਾਂਗੇ ਹੁੰਦਾ ਇਹਦੇ ਵਿੱਚ ਇਹ ਵੀ ਚਰਚਾ ਆ ਰਹੀ ਸੀ ਕਿ ਪਿੱਛੇ ਬੀਸੀ ਸਾਹਿਬ ਦਾ ਹੱਥ ਹੈ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਦੇਖੋ ਜੀ ਇਹੋ ਜੀ ਮੇਰੇ ਧਿਆਨ 'ਚ ਕੋਈ ਚਰਚਾ ਨਹੀਂ ਆਈ ਨਾ ਮੈਂ ਕਿਸੇ ਦਾ ਇਹ ਕਹਿਣਾ ਕਿਹਦਾ ਹੱਥ ਆ ਜਿਹੜੀ ਅਸਲ ਫੈਕਚੁਅਲ ਗੱਲ ਸੀ ਉਹ ਮੈਂ ਦੱਸਤੀ ਆ ਯੂਨੀਵਰਸਿਟੀ 'ਚ ਜਿਹੜੀ ਇਹਨਾਂ ਦੀ ਯੂਨੀਵਰਸਿਟੀ ਦੇ ਅੰਦਰ ਵੀ ਇੱਕ ਸਿਕਿਉਰਿਟੀ ਕੰਪੋਨੈਂਟ ਹੈਗਾ 50-60 ਜਾਣੇ ਜਿਹੜੇ ਯੂਨੀਵਰਸਿਟੀ ਦੇ ਸਿਕਿਉਰਿਟੀ ਮੁਲਾਜ਼ਮ ਹੈਗੇ ਆ ਨੋਨ ਪੁਲਿਸ ਜਿਹੜੇ ਆ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦਵਾਵਾਂਗੇ ਉਹਨਾਂ ਨੂੰ ਵੀ ਅਸੀਂ ਸੈਂਸਟਾਈਜ਼ ਕਰਾਂਗੇ ਤਾਂ ਕਿ ਯੂਨੀਵਰਸਿਟੀ ਦੇਖੋ ਮੈਂ ਆਪ ਮੌਕੇ 'ਤੇ ਜਾ ਕੇ ਆਇਆ ਅਸੀਂ ਇਨਸ਼ੋਰ ਕੀਤਾ ਕਿ ਯੂਨੀਵਰਸਿਟੀ 'ਚ ਅਤੇ ਰਜਿੰਦਰਾ ਹੋਸਪਿਟਲ 'ਚ ਕਿਸੇ ਪ੍ਰਕਾਰ ਦਾ ਲੋਅ ਐਂਡ ਆਰਡਰ ਨਾ ਹੋਵੇ ਇਸ ਇੰਸੀਡੈਂਟ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਅਸੀਂ ਬਾਹਰ ਟੀਮਾਂ ਭੇਜੀਆਂ ਸੀ ਇਹ ਮੈਂ ਹੁਣ ਤੁਹਾਨੂੰ ਦੱਸ ਰਿਹਾ ਹਾਂ ਇੱਕ ਸਵਾਲ ਹੈ ਸਰ ਤੁਸੀਂ ਕਿਹਾ ਸੀ ਵੀ ਟਾਈਮ ਬੰਦਿਆਂ ਸੀਗਾ ਤੇ ਪ੍ਰੈਸ ਨੋਟ ਵਿੱਚ ਲਿਖਿਆ ਹੈ ਬਿਜਲੀ ਦੇ ਬਿੱਲ ਨੂੰ ਲੈ ਕੇ ਕੋਈ ਟਕਰਾਅ ਹੋਇਆ ਦੇਖੋ ਪ੍ਰੈਸ ਨੋਟ 'ਚ ਲਿਖਿਆ ਕਿ ਬਿਜਲੀ ਦੇ ਬਿੱਲ ਨੂੰ ਲੈ ਕੇ ਟਕਰਾਅ ਹੋਇਆ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਕਈ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਮੰਨ ਲਓ ਕਿ 2000 ਦਾ ਬਿਜਲੀ ਦਾ ਬਿੱਲ ਆਇਆ ਚਾਰ ਜਾਣੇ ਨੇ 500-500 ਦੇਣੇ ਜੀ ਕੌਣ ਕਿੰਨੇ ਦਊਗਾ ਉਹਦੇ ਪਿੱਛੇ ਤਕਰਾਰ ਹੋਇਆ ਇਹਨਾਂ ਨੇ ਉਸ ਤੋਂ ਬਾਅਦ ਟਾਈਮ ਬੰਨਿਆ ਕਿ ਚਲੋ ਵੀ ਕੱਲ੍ਹ ਨੂੰ ਮਿਲਦੇ ਹਾਂ ਤੂੰ ਆਪਣੇ ਮੁੰਡੇ ਲੈ ਆਈ ਮੈਂ ਆਪਣੇ ਮੁੰਡੇ ਲੈ ਆਵਾਂਗਾ ਮੈਂ ਸਾਰੇ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਜੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਰੱਖੋ ਜਿਹੜਾ ਆਪਾਂ ਹੱਸਦਾ ਵਸਦਾ ਰੰਗਲਾ ਪੰਜਾਬ ਬਣਾਉਣਾ ਆ ਮੈਂ ਚਾਹੁੰਦਾ ਹਾਂ ਕਿ ਯੂਥ ਜਿਹੜਾ ਆ ਆਪਣੀ ਐਨਰਜੀ ਪੋਜ਼ਿਟਿਵ ਡਾਇਰੈਕਸ਼ਨ 'ਚ ਚੈਨਲਾਈਜ਼ ਕਰੇ ਸਰ ਜਿਹੜੇ ਇਹਨਾਂ ਨਾਲ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਹੈ ਪੜ੍ਹਾਈ ਬਾਰੇ ਜਿਵੇਂ ਬੱਚੇ ਦੇਖੋ ਜੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਜੀ ਕੋਈ ਇਹ ਨਸ਼ੇ ਦੇ ਸਮਗਲਰ ਨਹੀਂ ਹੈਗੇ ਕੋਈ ਆਰਮਸ ਦੇ ਸਮਗਲਰ ਕਹਿਣਾ ਪੈ ਰਿਹਾ ਕਿ ਉਸ ਮੁੰਡੇ ਨੂੰ ਮਾਰ ਦਿੱਤਾ ਜਾਂਦਾ ਹੈ ਸਾਡਾ ਕੰਮ ਹੈ ਗਾਰਡ ਡਿਟੈਕਸ਼ਨ ਐਂਡ ਅਰੈਸਟ ਆਫ ਐਕਿਊਜ਼ਡ ਉਹ ਅਸੀਂ ਪੂਰਾ ਕਰ ਲੈਂਦੇ ਪਰ ਮੈਨੂੰ ਬੜਾ ਮਤਲਬ ਸ਼ੋਕ ਮਹਿਸੂਸ ਹੁੰਦਾ ਇਹ ਗੱਲ ਆਖਦੇ ਕਿ ਮਾਮੂਲੀ ਜਿਹੀ ਗੱਲ 'ਤੇ ਦੇਖੋ ਇੱਕ ਜਿਹੜਾ ਨੌਜਵਾਨ ਸੀਗਾ ਉਹ ਮਰਿਆ ਅਤੇ ਚਾਰ ਜਿਹੜੇ ਨੌਜਵਾਨ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਅਸੀਂ ਅਰੈਸਟ ਕੀਤੇ ਅਤੇ 5 ਫੈਮਿਲੀਜ਼ ਜਿਹੜੀਆਂ ਨੇ ਇੱਕ ਹੀਟ ਆਫ ਦਾ ਮੂਮੈਂਟ ਵਾਲੇ ਮਾਮੂਲੀ ਕ੍ਰਾਈਮ ਦੇ ਮੁਤਲਕ ਇਹ ਜਿਹੜੀਆਂ ਨੇ ਬਰਬਾਦ ਹੋ ਗਈਆਂ ਅਤੇ ਅਸੀਂ ਇਹਨਾਂ ਤੋਂ ਹੋਰ ਵੀ ਅੱਗੇ ਇੰਟਰੋਗੇਸ਼ਨ ਕਰਾਂਗੇ ਕਿ ਵੀ ਕਿਉਂ ਇਹਨਾਂ ਨੇ ਇਹਨਾਂ ਜਿਹੜਾ ਸੀਰੀਅਸ ਕ੍ਰਾਈਮ ਕਤਲ ਨੂੰ ਅੰਜਾਮ ਦਿੱਤਾ ਅਤੇ 24 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਚਾਰੇ ਐਕਿਊਜ਼ ਜਿਹੜੇ ਸੈਂਸੇਸ਼ਨਲ ਮਰਡਰ ਕੇਸ ਬਰੋਡ ਡੇ ਲਾਈਟ 'ਚ ਹੋਇਆ ਸੀ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੋਇਆ ਸੀ ਉਹਨੂੰ ਅਸੀਂ ਟਰੇਸ ਕਰਕੇ ਉਹਨੂੰ ਅਸੀਂ ਕੰਪਲੀਟਲੀ ਚਾਰੇ ਐਕਿਊਜ਼ ਅਰੈਸਟ ਕਰ ਸਾਰੇ ਬੱਚੇ ਪੜ੍ਹਨ ਵਾਲੇ ਨੇ ਸਾਰੇ ਬੱਚੇ ਪੜ੍ਹਨ ਵਾਲੇ ਨੇ ਕੋਈ ਬੱਚਾ ਬਾਹਰੋਂ ਵੀ ਹੈ ਯੂਨੀਵਰਸਿਟੀ ਇਹ ਸਾਰੇ ਬੱਚੇ ਸੈਕਿੰਡ ਈਅਰ ਥਰਡ ਈਅਰ ਦੇ ਉੱਥੇ ਪੜ੍ਹਨ ਵਾਲੇ ਹੀ ਹੈਗੇ ਆ ਸਰ ਇੱਕ ਨਾ ਗੱਲ ਨਹੀਂ ਲਾਸਟ ਕਲੀਅਰ ਹੋ ਰਹੀ ਕਿ ਇੱਕ ਮਤਲਬ ਇਕੱਠੇ ਰਹਿੰਦੇ ਸੀਗੇ ਲੈ ਕੇ ਹਨਾ ਮਰਨ ਵਾਲਾ ਵੀ ਇਹਨਾਂ ਦੇ ਮਤਲਬ ਫਰੈਂਡ ਸਰਕਲ ਚ ਹੀ ਸੀਗਾ ਤੇ ਜਿਵੇਂ ਮੈਂ ਕਿਹਾ ਮਾਮੂਲੀ ਜੀ ਗੱਲ ਤੇ ਕਿਸੇ ਉਹ ਗੱਲ ਅਸੀਂ ਅਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਅਸੀਂ ਦੱਸ ਨਹੀਂ ਸਕਦੇ ਪਰ ਕਿਸੇ ਬੇਹੱਦ ਮਾਮੂਲੀ ਗੱਲ ਤੇ ਤਕਰਾਰਬਾਜ਼ੀ ਹੋਈ ਤੇ ਦੇਖੋ ਇੱਕ ਤੇ ਬੰਦਾ ਮਰ ਗਿਆ ਚਾਰ ਦੋਸ਼ੀ ਦੇਖੋ 27 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕੰਪਿਊਟਰ ਸਾਇੰਸ ਬਲਾਕ ਦੇ ਬਾਹਰ ਸਟੂਡੈਂਟਸ ਦੇ 2 ਗਰੁੱਪਸ ਦੀ ਮਾਮੂਲੀ ਗੱਲ 'ਤੇ ਤਕਰਾਰਬਾਜ਼ੀ ਹੁੰਦੀ ਹੈ ਇਹ ਹੂਰਾ ਮੁੱਕੀ ਘਸੁੰਨ ਮਾਰਦੇ ਆ ਇੱਕ ਦੂਜੇ ਨੂੰ ਉਹਦੇ ਦਰਮਿਆਨ ਹੀ ਇੱਕ ਮੁੰਡਾ ਜਿਹੜਾ ਆ ਉਹ ਨਵਜੋਤ ਸਿੰਘ ਨਾਮ ਦੇ ਜਿਹੜਾ ਡਿਸੀਜ਼ ਦਾ ਨਵਜੋਤ ਸਿੰਘ ਉਹਦੇ ਉੱਪਰ ਕ੍ਰਿਚ ਛੋਟੇ ਚਾਕੂ ਨਾਲ ਛੋਟੀ ਕ੍ਰਿਚ ਨਾਲ 3 ਵਾਰ ਕਰਦਾ ਹੈ 2 ਉਹਦੀ ਥਾਈਸ 'ਚ 1 ਉਹਦੇ ਲੋਅਰ ਸਟਮਕ 'ਚ ਲੋਅਰ ਉਸ ਤੋਂ ਬਾਅਦ ਇਹ ਉੱਥੋਂ ਤਿੱਤਰ ਬਿੱਤਰ ਹੋ ਜਾਂਦੇ ਆ ਲੋਅਰ ਸਟਮਕ ਵਾਲੀ ਜਿਹੜੀ ਇੰਜਰੀ ਸੀ ਉਹ ਸੀਰੀਅਸ ਇੰਜਰੀ ਸੀਗੀ ਉਹਨੂੰ ਇਮੀਡੀਏਟਲੀ ਰਸ਼ਨ ਕੀਤਾ ਜਾਂਦਾ ਆ ਯੂਨੀਵਰਸਿਟੀ ਦੇ ਹੋਸਪਿਟਲ 'ਚ ਅਤੇ ਉੱਥੋਂ ਰਜਿੰਦਰਾ ਹੋਸਪਿਟਲ ਪਹੁੰਚ ਕੇ ਲੋਸ ਆਫ ਬਲੱਡ ਦੇ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਪਟਿਆਲਾ ਪੁਲਿਸ ਮਾਨਯੋਗ DGP ਪੰਜਾਬ ਦੇ ਹਦਾਇਤਾਂ ਮੁਤਾਬਿਕ ਅਸੀਂ ਹਮੇਸ਼ਾ ਪ੍ਰੋਮਪਟ ਐਂਡ ਸਵਿਫਟ ਐਕਸ਼ਨ 'ਚ ਬਿਲੀਵ ਕਰਦੇ ਹਾਂ ਅਤੇ ਇਮੀਡੀਏਟਲੀ SPD SP City DSP City 2 SHO ਅਰਬਨ ਐਸਟੇਟ SHO ਸਦਰ ਪਟਿਆਲਾ ਇੰਚਾਰਜ CIA ਸਮਾਣਾ ਅਤੇ ਇੰਚਾਰਜ ਐਂਟੀ ਨਾਰਕੋਟਿਕਸ ਵਗੈਰਾ ਦੀ ਅਸੀਂ ਉੱਥੇ ਮੌਕੇ 'ਤੇ ਅਸੀਂ ਸਾਰੇ ਪਹੁੰਚਦੇ ਹਾਂ ਮੈਂ ਆਪ ਉੱਥੇ ਮੌਕੇ 'ਤੇ ਜਾਂਦਾ ਹਾਂ ਅਤੇ ਇਮੀਡੀਏਟਲੀ ਅਸੀਂ ਟੀਮਾਂ ਬਣਾ ਕੇ ਅਤੇ CCTV ਫੁਟੇਜ ਇਮੀਡੀਏਟਲੀ ਪ੍ਰਜ਼ਰਵ ਕਰਾ ਕੇ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੇ ਮਗਰ ਪੈ ਜਾਂਦੇ ਹਾਂ
24 ਘੰਟਿਆਂ ਦੇ ਅੰਦਰ ਜਿਹੜੇ ਚਾਰੋ ਮੁੱਖ ਮਲਜ਼ਮ ਸੀਗੇ ਇਸ ਮੁਕਦਮੇ 'ਚ, ਜਿਹੜਾ ਮਨਦੀਪ ਨਾਮ ਦਾ ਥੇੜੀ ਪਿੰਡ ਦਾ,